ਸ਼ਿਦਰੀ ਕਨਾਲ ਜਿਹਦਾ ਚੌਥੇ ਘਰ ਚ ਬ੍ਰਿਸ਼ਪਤੀ ਹੁੰਦਾ ਚੌਥਾ ਘਰ ਉਹਦਾ ਸੁਖ ਸਥਾਨ ਦਾ ਚੌਥਾ ਸਥਾਨ ਹੁੰਦਾ ਆਦਮੀ ਦੇ ਜਿਹਨੂੰ ਕਹਿੰਦੇ ਕਿ ਸੈਂਟਰ ਲਾਈਫ ਦਾ ਸੈਂਟਰ ਕੀ ਹੈ ਜਿਨ੍ਹਾਂ ਤੇ ਚੌਥੇ ਬ੍ਰਿਸ਼ਪਤੀ ਆ ਜਾਂਦਾ ਐਸੇ ਬੰਦੇ ਜ਼ਿੰਦਗੀ ਦੇ ਵਿੱਚ ਕਦੀ ਵੀ ਭੁੱਖੇ ਨਹੀਂ ਮਰਦੇ ਹੁੰਦੇ ਉਹਨਾਂ ਨੂੰ ਰੱਬੋਂ ਹੀ ਕੋਈ ਐਸਾ ਗਿਆਨ ਹੋ ਜਾਂਦਾ ਜਿਹਾ ਐਸਾ ਉਹਨਰ ਆ ਜਾਂਦਾ ਜਿਹੜਾ ਕਿ ਤਾਂ ਲਾਈਫ ਉਹ ਜੰਗਲ 'ਚ ਵੀ ਛੜਦਾ ਜਾਵੇ वो जंगल जी मंगल कर लेंदे और चौथे बृहस्पति वाले लाइफ जोड़ी होंगी है कुदरत वालों हर तरह सुेयर होंगी मैं, मैं एक छोटी जी इग्जैम्पल देना जिस किसी के चौथे घर बृहस्पति आ जाए वो मैं इग्जैम्पल् भी बंदा एक बाईर आया कित जो तो लगे पिकअप कर लगा तो देखिया कि वह जो सूटकेस गुम हो गया ਇਹ ਕੋਈ ਬੈਲਟ ਤੋਂ ਕੋ ਹੋ ਰਹੀ ਚੁੱਕ ਕੇ ਲੈ ਗਿਆ ਉਹ ਬੰਦਾ ਬੜਾ ਘਬਰਾਇਆ ਜਦੋਂ ਉਹਨੇ ਜਾ ਕੇ ਕੰਪਲੀਟ ਕੀਤੀ ਦੂਜੇ ਦਿਨ 에어ਪੋਰਟ ਦੇ ਕਿ ਮੇਰਾ ਫਲਾਨੀ ਜਗਾ ਆ ਟੈਗੀ ਐਸੀ ਟੈਗੀ ਲਾਸ ਹੋ ਗਿਆ ਉਹ ਫਿਰ ਕੀ ਕਹਿੰਦੇ ਵੀ ਘਬਰਾ ਲਾ ਜੀ ਆ ਇੱਕ ਟੈਗੀ ਸਾਈਡ ਕੋ ਪਿਆ ਸੀ ਇਹ ਚੈੱਕ ਕਰੋ ਤੁਹਾਡਾ ਦਾ ਨਹੀਂ ਸੋ ਜਿਹਦਾ ਬ੍ਰਿਸ਼ਪਤੀ ਚੌਥੇ ਪਿਆ ਹੋਵੇ ਉਹਦੀ ਹਰ ਘਟਨਾ ਜਿਹੜੀ ਹੁੰਦੀ ਹੈ ਉਹ ਬੜੀ ਸੇਫ ਤਰੀਕੇ ਨਾਲ ਪ੍ਰੋਟੈਕਟਡ ਹੁੰਦੀ ਹੈ ਉਹਨਾਂ ਦਾ ਕੋਈ ਲਾਸ ਨਹੀਂ ਹੁੰਦਾ ਛੇਤੀ ਕਿਤੇ لیکن تھوڑی بہت ہی ایک کمی ਜਿੱਦਾਂ ਮੈਂ ਕਿਹਾ ਚੌਥੇ ਘਰ ਵਿੱਚ ਬ੍ਰਿਸ਼ਪਤੀ ਕੇ ਵਾਰੀ ਫੈਮਿਲੀ ਲਾਈਫ ਦੇ ਵਿੱਚ تھوڑی ਜਿਹੀ ਡਿਸਟਰਬنس ਕਰ ਦਿੰਦਾ ਹੁੰਦਾ ਡਿਸਟਰਬنس ਦਾ ਮਤਲਬ ਇਹ ਹੁੰਦਾ ਕਿ ਉਹਨਾਂ ਦੀ ਗ੍ਰਿਸ਼ਤੀ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੁਝ ਥੋੜੀ ਬਹੁਤੀ ਖਟਾ ਜ਼ਰੂਰ ਪੈਦਾ ਹੋ ਜਾਂਦੀ ਹੈ ਜਿਹੜਾ ਕਿ ਉਹਨਾਂ ਦੇ ਬੈੱਡ ਸੁਖ ਨੂੰ ਜਾਂ ਘਰ ਦੀ ਸ਼ਾਂਤੀ ਨੂੰ ਡਿਸਟਰਬ ਕਰਦਾ ਉਹਦੇ ਇਲਾਵਾ ਐਸੇ ਬੰਦੇ ਜਿਹੜੇ ਹੁੰਦੇ ਆ ਉਹ ਈਸ਼ਵਰ ਦੇ ਬੜੇ ਭਗਤ ਹੁੰਦੇ ਆ ਕੋਈ ਨਾ ਕੋਈ ਉਹਨਾਂ ਕੋਲ ਐਸਾ ਕਰਮ ਐਸਾ ਮੰਤਰ ਇਹ ਐਸੀ ਕੋਈ ਧਾਰਮਿਕ ਉਹਨਾਂ ਕੋਲ ਪ੍ਰਵਿਰਤੀ ਜ਼ਰੂਰ ਹੁੰਦੀ ਹੈ ਜਿਹੜੀ ਕਿ ਉਹਨਾਂ ਨੂੰ ਅਖੀਰਲੇ ਬੇਲੇ ਆ ਕੇ ਬੁਰੇ ਬਸੇ ਜਾਣ ਤੋਂ ਰੋਕਦੀ ਹੈ ਸੋ ਇਸ ਤੋਂ ਬਾਅਦ ਬ੍ਰਿਸ਼ਪਤੀ ਦੀ ਸਥਿਤੀ ਆ ਜਾਂਦੀ ਪੰਜਵੇਂ ਘਰ ਚ ਪੰਜਵਾਂ ਘਰ ਜਿਹੜਾ ਹੁੰਦਾ ਇਹ ਸ਼ੁਭ ਪਿਛਲੇ ਕਰਮਾਂ ਦਾ ਹੁੰਦਾ ਔਲਾਦ ਦਾ ਵੀ ਹੁੰਦਾ ਐਜੂਕੇਸ਼ਨ ਦਾ ਵੀ ਹੁੰਦਾ ਕਈ ਵਾਰੀ ਪੰਜਵੇਂ ਘਰ ਚ ਬ੍ਰਿਸ਼ਪਤੀ ਆਇਆ ਹੋਵੇ ਆਦਮੀ ਦੇ ਔਲਾਦ ਦੀ ਪਦਾਇਸ਼ ਕੇ ਵਰੀ ਡਿਲੇ ਹੋ ਜਾਂਦੀ ਹੈ ਜਾਂ ਜੇ ਉਹਨਾਂ ਦੇ ਪੰਜਵੇਂ ਘਰ ਚ ਬ੍ਰਿਸ਼ਪਤੀ ਹੋਵੇ ਤੇ ਉਹਨਾਂ ਨੂੰ ਕੈਰੀਅਰ ਦੇ ਵਿੱਚ ਸੈੱਟ ਹੋਣ ਚ ਕੁਝ ਟਾਈਮ ਲੱਗ ਜਾਂਦਾ ਹੁੰਦਾ ਲੇਕਿਨ ਇੱਕ ਵਾਰੀ ਜਿਸ ਤਰ੍ਹਾਂ ਇੱਕ ਗੱਡੀ ਸਟਾਰਟ ਹੋ ਜਾਂਦੀ ਹੈ ਫਿਰ ਉਹ ਰੁਕਦੀ ਨਹੀਂ ਜਿਨ੍ਹਾਂ ਨੂੰ ਕੈਰੀਅਰ ਚ ਸਟਾਰਟ ਮਿਲ ਜਾਂਦਾ ਫਿਰ ਉਹ ਹਰ ਤਰੀਕੇ ਨਾਲ ਉਨਤੀ ਕਰਦੇ ਜਾਂਦੇ ਆ खासकर बृहस्पति की जी दृष्टि जिदा मैं पहला दस्या पंजी दृष्टि होंगी और सत्तवी दृष्टि होंगी है नौवीं दृष्टि होंगी जिन्हें पंजी दृष्टि हों के भाग बड़े सुखिर होंगे उन्होंगी लाभ कितने ना कि मिलता रहता और उन अलावा उन्होंरिक तौर तो पर भी स्वस्थ रहते हैं सो बृहस्पति की पंजे घर च स्थिति जी है ਉਹਨਾਂ ਦੇ ਜਿਹੜੇ ਪਿਛਲੇ ਜਨਮ ਦੇ ਕਰਮ ਹੁੰਦੇ ਆ ਬੜੇ ਕੋਪਨ ਆਤਮਾ ਦੇ ਹੁੰਦੇ ਆ ਕੋਈ ਨਾ ਹੋਏ ਅੱਛੇ ਕਰਮ ਲੈ ਕੇ ਕੋ ਅੱਛਾ ਸੰਸਕਾਰ ਜਾਂ ਪਹਿਲੇ ਜਨਮ ਚ ਜੇ ਅਸੀਂ ਬਲੀਵ ਕਰਦੇ ਹਾਂ ਇਨ ਕਾਰਨੇਸ਼ਨ ਨੂੰ ਤੇ ਕੋਈ ਨੇਕ ਇਨਸਾਨ ਜਿਹੜਾ ਹੁੰਦਾ ਉਹਦੇ ਬ੍ਰਿਸ਼ਪਤੀ ਪੰਜਵੇਂ ਆਂਦਾ ਹੁੰਦਾ ਆਮੋਮਨ ਬ੍ਰਿਸ਼ਪਤੀ ਪੰਜਵੇਂ ਜਾਦਵੀ ਆਵੇ ਉਹ ਆਦਮੀ ਨੂੰ ਦੋ ਬੇਟਿਆਂ ਦਾ ਸੁੱਖ ਜ਼ਰੂਰ ਦਿੰਦਾ ਹੁੰਦਾ ਜਾਂ ਤਾਂ ਬੇਟਾ ਹੁੰਦਾ ਹੀ ਨਹੀਂ ਜਾਂ ਹੁੰਦਾ ਤਾਂ ਘੱਟੋ ਘੱਟ ਦੋ ਬੇਟੇ ਜ਼ਰੂਰ ਹੁੰਦੇ ਆ ਮੈਂ ਇਹਦੇ ਵਿੱਚ ਅਗਲੀ ਵਾਰੀ ਦੱਸੂਗਾ ਕੀ ਅਗਰ ਕਿਸੇ ਦੇ ਬ੍ਰਿਸ਼ਪਤੀ ਖਰਾਬ ਹੋਵੇ ਉਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਮਸਲਨ ਕਿਸੇ ਦੇ ਪੰਜਵੇ ਬ੍ਰਿਸ਼ਪਤੀ ਔਲਾਦ ਦਾ ਯੋਗ ਦੀ ਬੰਦਾ ਔਲਾਦ ਨਹੀਂ ਹੁੰਦੀ ਤੇ ਉਹਦਾ ਕੀ ਵਿਧੀ ਹੈ ਕਿਸ ਤਰੀਕੇ ਨਾਲ ਉਹਨਾਂ ਦੇ ਔਲਾਦ ਦਾ ਸੁਖ ਮਿਲੇ ਕਿਉਂਕਿ ਬ੍ਰਿਸ਼ਪਤੀ ਨੇ ਅਲਟੀਮੇਟਲੀ ਉਹਦਾ ਭਾਗ ਉਹਦਾ ਵੰਸ਼ ਔਰ ਉਹਦੀ ਪਰਸਨੈਲਿਟੀ ਨੂੰ ਸ਼ਾਈ ਨਹੀਂ ਕਰਨਾ ਸੋ ਇਸ ਤਰ੍ਹਾਂ ਦਾ ਬ੍ਰਿਸ਼ਪਤੀ ਦਾ 6 ਮੇਗਾ ਚੁਨਾ 6 ਮਾਂਗਰ ਜਿਹੜਾ ਹੁੰਦਾ ਇਹ ਹੁੰਦਾ ਲੜਾਈ ਚੜਲੇ ਗਲੇਸ਼ ਦਾ ਜਾਂ ਨਾਨ ਕਿਆਂ ਦਾ ਜਾਂ ਆਦਮੀ ਦੇ ਪਰੇਸ਼ਾਨੀਆਂ ਸੋ ਇੱਥੇ ਬ੍ਰਿਸਪਤੀ ਦਾ ਹੋਣਾ ਸਭ ਤੋਂ ਜਿਸ ਦਾ ਪਹਿਲਾਂ ਹੋ ਸੇ ਬ੍ਰਿਸਪਤੀ ਜਿਸ ਘਰ ਚ ਬੈਠਦਾ ਉਸ ਘਰ ਦਾ ਨੁਕਸਾਨ ਕਰਦਾ ਇਹਨਾਂ ਦੇ 6ਵੇਂ ਬ੍ਰਿਸਪਤੀ ਹੁੰਦਾ ਉਹਨਾਂ ਦੀ ਜ਼ਿੰਦਗੀ ਚ ਉਹਨਾਂ ਦੇ ਨਿਹਾਲ ਜਿਹੜੇ ਆ ਉਹ ਸਫਰ ਕਰਦੇ ਹੁੰਦੇ ਆ ਖਾਸ ਕਰ ਮਾਮੇ ਵਾਲੇ ਭਾਰੇ ਹੁੰਦਾ ਔਰ ਇੱਕ ਗਲ ਜ਼ਰੂਰ ਹੈ ਕਿ ਉਹ ਬੰਦੇ ਲਾਈਫ ਦੇ ਵਿੱਚ ਝਗੜੇ ਰਗੜੇ ਜਿੰਨੇ ਵੀ ਹੁੰਦੇ ਆ ਉਹਨਾਂ ਦੇ ਅਲਟੀਮੇਟਲੀ ਵਨ ਜ਼ਰੂਰ ਕਰਦਾ ਹੁਣ ਕਿਉਂਕਿ ਬ੍ਰਿਸ਼ਪਤੀ ਦਾ ਜਿੱਥੇ ਬੈਠਦਾ ਉੱਥੇ ਦਾ ਨੁਕਸਾਨ ਕਰਦਾ ਲੇਕਿਨ ਇਹਨੇ ਵਿਰਧੀ ਵੀ ਕਰਨੀ ਹੈ ਸੋ ਇਹਦਾ ਮਤਲਬ ਛੇਵੇਂ ਅਗਰ ਬ੍ਰਿਸ਼ਪਤੀ ਹੁੰਦਾ ਹੈ ਐਡੇ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਲਿਟੀਗੇਸ਼ਨ ਝਗੜੇ ਜ਼ਰੂਰ ਪੈਦਾ ਹੁੰਦੇ ਹੁੰਦੇ ਆ ਲੇਕਿਨ ਐਂਡ ਦੇ ਵਿੱਚ ਜਾ ਕੇ ਉਹਨੂੰ ਵਨਓਵਰ ਕਰ ਦਿਆ ਅਮੂਮਨ ਦੇਖਿਆ ਗਿਆ ਕਈ ਵਾਰੀ ਕਿਸੇ ਦੇ ਬ੍ਰਿਸ਼ਪਤੀ 6 ਮੇ ਹੋਵੇ। ਔਰ ਐਸੇ ਬੰਦੇ ਕਿਸੇ ਵਕਤ ਗਲਤ ਸੋਸਾਇਟੀ ਚਲੇ ਜਾਂਦੇ ਆ। ਗਲਤ ਸੋਸਾਇਟੀ ਦਾ ਮਤਲਬ ਗੈਂਬਲਿੰਗ ਦਾ ਸ਼ੌਕ ਪੈ ਜਾਣਾ ਹੁੰਦਾ। ਕੋਈ ਡਰਗ ਦਾ ਸ਼ੌਕ ਪੈਦਾ ਹੋ ਗਿਆ। ਜਾਂ ਕੋਈ ਹੋਰ ਅਸਟਾ ਦੇ ਉਲਟੇ ਕੰਮ ਜੜੇ ਕਿ ਸਮਾਜ ਦੇ ਵਿੱਚ ਉਹਦੀ ਇੱਜ਼ਤ ਨੂੰ ਡੈਮੇਜ ਕਰਦੇ ਆ। ਜਾਂ ਉਹ ਕਈ ਵਾਰੀ ਅਰਨਿੰਗ ਦਾ ਵੀ ਕਰਦੇ ਆ ਜਿੰਨ ਕੀ ਸੋਸਾਇਟੀ ਅੱਛੇ ਤਰੀਕੇ ਨਾਲ ਨਾ ਸਮਝਦੇ ਹੋਵੇ। ਅੱਛੇ ਦਾ ਮਤਲਬ ਕੋਈ ਬਿਨਾਂ ਟੈਕਸ ਤੋਂ ਕਮਾਈ ਕਰਨੀ ਸਮਗਲਿੰਗ ਕਰਨੀ ਯਗ ਹੋਰ ਸੱਟੇਬਾਜੀ ਕਰਨੀ ਐਦਾ ਦੀ ਇਨਕਮ ਜ਼ਰੂਰ ਕਰਾਉਂਦਾ ਹੁੰਦਾ ਸੋ ਬ੍ਰਿਸ਼ਪਤੀ ਦਾ ਇੱਥੇ ਆ ਕੇ ਇਹ ਬੈਲੀਫਿਕ ਇਫੈਕਟ ਹੈ ਲੇਕਿਨ ਬੈਨੀਫੀਸ਼ੀਅਲ ਇਫੈਕਟਦਾ ਹੈ ਇਹਦੀ ਪੰਜਵੀਂ ਦ੍ਰਿਸ਼ਟੀ ਜਿਹੜੀ ਹੈ ਉਹ ਸਿੱਧੀ ਜਾ ਕੇ ਦਸਵੇਂ ਘਰ ਚ ਹੁੰਦੀ ਹੈ ਤੇ ਐਦਾ ਦੇ ਬੰਦੇ ਕਾਰੋਬਾਰੀ ਤੌਰ ਤੇ ਪ੍ਰੋਫੈਸ਼ਨਲੀ ਕਾਮਯਾਬ ਹੁੰਦੇ ਹੁੰਦੇ ਸੋ ਹੁਣ ਮੈਂ ਅਗਲੇ ਐਪੀਸੋਡ ਚ ਬ੍ਰਿਸ਼ਪਤੀ ਦੀ ਅਗੇ ਸਤਿਮੇਂ ਗਰਜ ਕੀ ਸਥਿਤੀ ਇਹ ਉਹਦੇ ਬਾਰੇ ਡਿਸਕਸ ਕਰੂੰਗਾ। ਔਰ ਜਿਨਾ ਜਿਨਾ ਦੀ ਕੁੰਡਲੀ ਦੇ ਵਿੱਚ ਬ੍ਰਿਸ਼ਪਤੀ ਦੀ ਸਥਿਤੀ ਐਸੇ ਹੋਵੇ ਉਹ ਆਪਣੇ ਆਪ ਨੂੰ ਮੇਰੀ ਇਹ ਗੱਲਬਾਤ ਨਾਲ ਟੈਲੀ ਕਰਕੇ ਇਹਦੇ ਆਪਣੇ ਹਾਲ ਨੂੰ ਸਮਝ ਸਕਦੇ ਆ। ਸੋ ਅੱਜ ਦੀ ਗੱਲਬਾਤ ਮੈਂ ਇੱਥੇ ਖਤਮ ਕਰਦੇ ਆ ਆਪਣੇ ਦਰਸ਼ਕਾਂ ਤੋਂ। ਅਗਿਆਇਸ ਲੈਣਾ ਮੇਰੇ ਵੱਲੋਂ ਸਾਰਾ ਦਰਸ਼ਕਾਂ ਨੂੰ ਅਦਾ ਸਸ਼ੀਕਾ ਨਮਸਕਾਰ।